ਨਸ਼ਾ ਛੁਡਾਊ ਕੇਂਦਰ ਵਿੱਚ ਹੀ ਨੌਜਵਾਨਾਂ ਨੂੰ ਦਿੱਤਾ ਜਾਂਦਾ ਸੀ ਨਸ਼ਾ। ਜਦੋਂ ਪੁਲਿਸ ਨੇ ਮਾਰੀ ਰੇਡ ਤਾਂ ਸਾਹਮਣੇ ਆ ਗਿਆ ਸਾਰਾ ਸੱਚ। ਪੁਲਿਸ ਨੇ ਮੌਕੇ ਤੋਂ ਹੀ ਨਸ਼ਾ ਛੁਡਾਊ ਕੇਂਦਰ ਦਾ ਮੈਨੇਜਰ ਕੀਤਾ ਕਾਬੂ। ਤਾਂ ਦੱਸ ਦੇ ਕਿ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਹੈ ਕਿ ਆਪਣੇ ਬੱਚਿਆਂ ਦੀ ਨਸ਼ੇ ਦੀ ਲੱਤ ਨੂੰ ਛੁਡਾਉਣ ਦੇ ਲਈ ਮਾਪੇ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਉਂਦੇ ਨੇ ਤਾਂ ਕਿ ਆਪਣੇ ਬੱਚਿਆਂ ਦੀ ਜਾਨ ਨੂੰ ਬਚਾਇਆ ਜਾ ਸਕੇ। ਪਰ ਕੀ ਹੋਵੇਗਾ ਜੇਕਰ ਉੱਥੇ ਵੀ ਇਹਨਾਂ ਨੌਜਵਾਨਾਂ ਨੂੰ ਨਸ਼ਾ ਦਿੱਤਾ ਜਾਵੇ? ਤਾਂ ਦੱਸ ਦਈਏ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਇੱਕ ਫਰਜ਼ੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਜਿੱਥੇ ਭਰਤੀ ਨੌਜਵਾਨਾਂ ਨੂੰ ਲਗਾਤਾਰ ਨਸ਼ਾ ਦਿੱਤਾ ਜਾ ਰਿਹਾ। ਤਾਂ ਪੁਲਿਸ ਤੁਰੰਤ ਕਾਰਵਾਈ ਕਰਦੀ ਹੈ ਤਾਂ ਉੱਥੇ ਰੇਡ ਮਾਰਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਨਸ਼ਾ ਛੁਡਾਊ ਕੇਂਦਰ ਇੱਕ ਡੇਅਰੀ ਫਾਰਮ ਦੇ ਉੱਤੇ ਹੁੰਦਾ ਜਿੱਥੇ ਦੋ ਕਮਰਿਆਂ ਦੇ ਵਿੱਚ ਇਸ ਨੂੰ ਚਲਾਇਆ ਜਾ ਰਿਹਾ ਹੁੰਦਾ। ਤਾਂ ਜਦ ਪੁਲਿਸ ਮੌਕੇ ਤੇ ਰੇਡ ਮਾਰਦੀ ਹੈ ਤਾਂ ਉੱਥੇ 23 ਨੌਜਵਾਨਾਂ ਨੂੰ ਬੰਦੀ ਬਣਾਇਆ ਹੁੰਦਾ ਹੈ, ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਮੌਕੇ ਤੋਂ ਛੁਡਵਾਇਆ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਤੇ ਮੌਕੇ ਤੇ ਮੌਜੂਦ ਉਸ ਮੈਨੇਜਰ ਨੂੰ ਵੀ ਕਾਬੂ ਕਰ ਲਿਆ ਜਾਂਦਾ ਹੈ। ਤਾਂ ਪੁਲਿਸ ਨੂੰ ਉੱਥੋਂ 300 ਤੋਂ ਵੀ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਨਾਲ ਹੀ ਇੱਕ ਮੋਟਰਸਾਈਕਲ ਹੁੰਦਾ ਹੈ, ਉਹ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਿਆ ਜਾਂਦਾ ਹੈ। ਪਰ ਇਸਦਾ ਮਾਸਟਰ ਮਾਈਂਡ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ। ਤਾਂ ਦੱਸ ਦਈਏ ਕਿ ਇੱਕ ਡੇਅਰੀ ਦੇ ਉੱਤੇ ਇਹਨਾਂ ਦੇ ਵੱਲੋਂ ਇੱਕ ਫਰਜ਼ੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਜਿੱਥੇ ਭਾਰਤੀ ਨੌਜਵਾਨਾਂ ਨੂੰ ਨਸ਼ਾ ਦਿੱਤਾ ਜਾ ਰਿਹਾ ਸੀ। ਇੱਕ ਹਮਾਰੀ ਜਿਸੇ ਆਪ ਜਾਣਤੀ ਹੈ ਕਿ ਮਾਨਵ ਇਲੈਕਸ਼ਨ ਕਮਿਸ਼ਨ ਔਰ ਹਮਾਰੇ ਸੀਨੀਅਰ ਅਫਸਰਸ ਡੀ ਜੀ ਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਕੇ ਡਾਇਰੈਕਸ਼ਨਸ ਪੇ ਹਮ ਨੇ ਖਾਸੋ ਓਪਰੇਸ਼ਨਸ ਚਲਾਏ ਹੋਏ ਹੈ ਪੂਰੇ ਸਟੇਟ ਮੇਂ ਔਰ ਇਸ ਜ਼ਿਲ੍ਹੇ ਮੇਂ ਵੀ, ਜਿਸਮੇਂ ਕੱਲ ਵੀ ਇੱਕ ਓਪਰੇਸ਼ਨ ਕੀਆ ਗਿਆ ਸਦਰ ਨਕੋਦਰ ਮੇਂ। ਵਹਾਂ ਪੇ ਹਮੇਂ ਇਨਫਾਰਮੇਸ਼ਨ ਥੀ ਕਿ ਕੋਈ ਐਸੇ ਕੋਈ ਸੈਂਟਰ ਚੱਲ ਰਿਹਾ ਹੈ ਔਰ ਵਹਾਂ ਪੇ ਕੋਈ ਬਰਾਮਦਗੀ ਹੋ ਸਕਤੀ ਹੈ। ਤੋ ਜਬ ਹਮਨੇ ਰੇਡ ਕੀਆ, FIR ਲੌਜ ਕਰਕੇ ਰੇਡ ਕਰਨੇ ਗਏ, ਤਫਤੀਸ਼ ਕੀ, ਤੋ ਵਹਾਂ ਇੱਕ ਡਾਇਰੀ ਕੇ ਉੱਪਰ ਦੋ ਕਮਰੇ ਬਣੇ ਹੋਏ ਥੇ। ਵਹਾਂ ਪੇ ਹਮੇਂ ਕੁਛ ਕਰੀਬ 23 ਨੌਜਵਾਨ ਮਿਲੇ ਜੋ ਯੇ ਡੀ ਅਡਿਕਸ਼ਨ ਸੈਂਟਰ ਮੇਂ ਭਰਤੀ ਹੋਏ ਥੇ। ਪਰ ਯੇ ਜੋ ਡੀ ਅਡਿਕਸ਼ਨ ਸੈਂਟਰ ਥਾ ਯੇ ਬਿਲਕੁਲ ਗੈਰ ਕਾਨੂੰਨੀ ਥਾ, ਇਸਮੇਂ ਕੋਈ ਉਨਕੇ ਪਾਸ ਕੋਈ ਪਰਮਿਸ਼ਨ ਨਹੀਂ ਥੀ ਚਲਾਨੇ ਕੀ। ਤੋ ਹਮਨੇ ਉਨ ਬੰਦੋਂ ਕੋ ਜੋ 23 ਬੰਦੇ ਹੈ ਉਨਕੋ ਸਿਵਲ ਸਰਜਨ ਸਾਹਿਬ ਕੀ ਟੀਮ ਕੀ ਮਦਦ ਕੇ ਸਾਥ ਉਨਕੋ ਸਰਕਾਰੀ ਹਸਪਤਾਲ ਮੇਂ ਜਮਾ ਕਰਾਇਆ ਔਰ ਵਹਾਂ ਸੇ ਹਮੇਂ 14 ਮੋਟਰਸਾਈਕਲ ਵੀ ਬਰਾਮਦ ਹੋਏ ਜੋ ਚੋਰੀ ਕੀ ਥੇ। ਔਰ ਜੋ ਵਹਾਂ ਕਾ ਮੈਨੇਜਰ ਥਾ ਜੋ ਉਸਕੋ ਚਲਾਤਾ ਥਾ, ਕਰਮਵੀਰ ਨਾਮ ਹੈ ਉਸਕਾ, ਉਸਕੋ ਹਮਨੇ ਰਾਊਂਡ ਅਪ ਕੀਆ ਔਰ ਗ੍ਰਿਫਤਾਰ ਕੀਆ। ਇਸ ਕੇਸ ਮੇਂ ਪਿਛਲੇ ਕਿਤਨੇ ਸਮੇਂ ਸੇ ਚੱਲ ਰਿਹਾ ਥਾ? ਯੇ ਜੋ ਹਮਾਰੀ ਅਭੀ ਇਨਫਾਰਮੇਸ਼ਨ ਆਈ ਹੈ ਵੋ 1.5 ਸੇ 2 ਮਹੀਨੇ ਸੇ ਚੱਲ ਰਿਹਾ ਥਾ, ਬਟ ਔਰ ਵੀ ਹੋ ਸਕਤਾ ਹੈ ਕਿ ਕਹੀਂ ਔਰ ਚੱਲ ਰਿਹਾ ਹੋ ਯਾ ਕੋਈ ਔਰ ਬੰਦੇ ਐਸੋਸੀਏਟਿਡ ਹੋ, ਵੋ ਅਭੀ ਡਿਟੇਲਸ ਇਨਵੈਸਟੀਗੇਸ਼ਨ ਕਾ ਪਾਰਟ ਹੈ, ਵੋ ਪਤਾ ਚੱਲੇਗਾ ਹਮੇਂ। ਸੋ ਮਾਸਟਰਮਾਈਂਡ ਕੌਣ ਹੈ ਇਸਕਾ? ਇਸਮੇਂ ਜੋ ਇੱਕ ਲੇਡੀ ਹੈ ਜੀ ਰਾਣਾ, ਉਸਕੇ ਖਿਲਾਫ ਪਹਿਲੇ ਵੀ NDPS ਕੇ ਕਾਫੀ FIRs ਲੌਜਡ ਹੈ, ਵੋ ਇਸਕਾ ਉਸਕਾ ਨਾਮ ਫਿਗਰ ਆਊਟ ਹੋਇਆ ਇਸਮੇਂ। ਨਸ਼ਾ ਛੁਡਾਊ ਕੇਂਦਰ ਵਿੱਚ ਹੀ ਨੌਜਵਾਨਾਂ ਨੂੰ ਦਿੱਤਾ ਜਾਂਦਾ ਸੀ ਨਸ਼ਾ। ਜਦੋਂ ਪੁਲਿਸ ਨੇ ਮਾਰੀ ਰੇਡ ਤਾਂ ਸਾਹਮਣੇ ਆ ਗਿਆ ਸਾਰਾ ਸੱਚ। ਪੁਲਿਸ ਨੇ ਮੌਕੇ ਤੋਂ ਹੀ ਨਸ਼ਾ ਛੁਡਾਊ ਕੇਂਦਰ ਦਾ ਮੈਨੇਜਰ ਕੀਤਾ ਕਾਬੂ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਹੈ ਕਿ ਆਪਣੇ ਬੱਚਿਆਂ ਦੀ ਨਸ਼ੇ ਦੀ ਲੱਤ ਨੂੰ ਛੁਡਾਉਣ ਦੇ ਲਈ ਮਾਪੇ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਉਂਦੇ ਨੇ ਤਾਂ ਕਿ ਆਪਣੇ ਬੱਚਿਆਂ ਦੀ ਜਾਨ ਨੂੰ ਬਚਾਇਆ ਜਾ ਸਕੇ। ਪਰ ਕੀ ਹੋਵੇਗਾ ਜੇਕਰ ਉੱਥੇ ਵੀ ਇਹਨਾਂ ਨੌਜਵਾਨਾਂ ਨੂੰ ਨਸ਼ਾ ਦਿੱਤਾ ਜਾਵੇ? ਤਾਂ ਦੱਸ ਦਈਏ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਇੱਕ ਫਰਜ਼ੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਜਿੱਥੇ ਭਰਤੀ ਨੌਜਵਾਨਾਂ ਨੂੰ ਲਗਾਤਾਰ ਨਸ਼ਾ ਦਿੱਤਾ ਜਾ ਰਿਹਾ। ਤਾਂ ਪੁਲਿਸ ਤੁਰੰਤ ਕਾਰਵਾਈ ਕਰਦੀ ਹੈ ਤਾਂ ਉੱਥੇ ਰੇਡ ਮਾਰਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਨਸ਼ਾ ਛੁਡਾਊ ਕੇਂਦਰ ਇੱਕ ਡੇਅਰੀ ਫਾਰਮ
ਦੇ ਉੱਤੇ ਹੁੰਦਾ ਜਿੱਥੇ ਦੋ ਕਮਰਿਆਂ ਦੇ ਵਿੱਚ ਸਨੂਨ ਚਲਾਇਆ ਜਾ ਰਿਹਾ ਹੁੰਦਾ। ਤਾਂ ਜਦ ਪੁਲਿਸ ਮੌਕੇ ਤੇ ਰੇਡ ਮਾਰਦੀ ਹੈ ਤਾਂ ਉੱਥੇ 23 ਨੌਜਵਾਨਾਂ ਨੂੰ ਬੰਦੀ ਬਣਾਇਆ ਹੁੰਦਾ, ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਮੌਕੇ ਤੋਂ ਛੁਡਵਾਇਆ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਤੇ ਮੌਕੇ ਤੇ ਮੌਜੂਦ ਉਸ ਮੈਨੇਜਰ ਨੂੰ ਵੀ ਕਾਬੂ ਕਰ ਲਿਆ ਜਾਂਦਾ। ਤਾਂ ਪੁਲਿਸ ਨੂੰ ਉੱਥੋਂ 300 ਤੋਂ ਵੀ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਨਾਲ ਹੀ ਇੱਕ ਮੋਟਰਸਾਈਕਲ ਹੁੰਦਾ ਉਹ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਿਆ ਜਾਂਦਾ। ਪਰ ਇਸਦਾ ਮਾਸਟਰ ਮਾਈਂਡ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ। ਤਾਂ ਦੱਸ ਦਈਏ ਕਿ ਇੱਕ ਡੇਅਰੀ ਦੇ ਉੱਤੇ ਇਹਨਾਂ ਦੇ ਵੱਲੋਂ ਇੱਕ ਫਰਜ਼ੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਜਿੱਥੇ ਭਾਰਤੀ ਨੌਜਵਾਨਾਂ ਨੂੰ ਨਸ਼ਾ ਦਿੱਤਾ ਜਾ ਰਿਹਾ ਸੀ। ਇੱਕ ਹਮਾਰੀ ਜਿਸੇ ਆਪ ਜਾਣਤੇ ਹੈ ਕਿ ਮਾਨਵ ਇਲੈਕਸ਼ਨ ਕਮਿਸ਼ਨ ਔਰ ਹਮਾਰੇ ਸੀਨੀਅਰ ਆਫਿਸਰਸ ਡੀ ਜੀ ਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਕੇ ਡਾਇਰੈਕਸ਼ਨਸ ਪੇ ਹਮ ਨੇ ਖਾਸੋ ਓਪਰੇਸ਼ਨਸ ਚਲਾਏ ਹੋਏ ਹੈ ਪੂਰੇ ਸਟੇਟ ਮੇਂ ਔਰ ਇਸ ਜ਼ਿਲ੍ਹੇ ਮੇਂ ਵੀ, ਜਿਸਮੇ ਕੱਲ ਵੀ ਇੱਕ ਓਪਰੇਸ਼ਨ ਕੀਆ ਗਿਆ ਸਦਰ ਨਕੋਦਰ ਮੇਂ। ਵਹਾਂ ਪੇ ਹਮੇ ਇਨਫਾਰਮੇਸ਼ਨ ਥੀ ਕਿ ਕੋਈ ਐਸੇ ਕੋਈ ਸੈਂਟਰ ਚੱਲ ਰਿਹਾ ਹੈ ਔਰ ਵਹਾਂ ਪੇ ਕੋਈ ਬਰਾਮਦਗੀ ਹੋ ਸਕਤੀ ਹੈ। ਤੋ ਜਬ ਹਮਨੇ ਰੇਡ ਕੀਆ, ਐਫ ਆਈ ਆਰ ਲੌਜ ਕਰਕੇ ਰੇਡ ਕਰਨੇ ਗਏ, ਤਫਤੀਸ਼ ਕੀ, ਤੋ ਵਹਾਂ ਇੱਕ ਡਾਇਰੀ ਕੇ ਉੱਪਰ ਦੋ ਕਮਰੇ ਬਣੇ ਹੋਏ ਥੇ। ਵਹਾਂ ਪੇ ਹਮੇ ਕੁਛ ਕਰੀਬ 23 ਨੌਜਵਾਨ ਮਿਲੇ ਜੋ ਇਹ ਡੀ ਅਡਿਕਸ਼ਨ ਸੈਂਟਰ ਮੇਂ ਭਰਤੀ ਹੋਏ ਥੇ। ਪਰ ਇਹ ਜੋ ਡੀ ਅਡਿਕਸ਼ਨ ਸੈਂਟਰ ਥਾ ਇਹ ਬਿਲਕੁਲ ਗੈਰ ਕਾਨੂੰਨੀ ਥਾ, ਇਸਮੇਂ ਕੋਈ ਉਨਕੇ ਪਾਸ ਕੋਈ ਪਰਮਿਸ਼ਨ ਨਹੀਂ ਥੀ ਚਲਾਨੇ ਕੀ। ਤੋ ਹਮਨੇ ਉਨ ਬੰਦੋਂ ਕੋ ਜੋ 23 ਬੰਦੇ ਹੈ ਉਨਕੋ ਸਿਵਲ ਸਰਜਨ ਸਾਹਿਬ ਕੀ ਟੀਮ ਕੀ ਮਦਦ ਕੇ ਸਾਥ ਉਨਕੋ ਸਰਕਾਰੀ ਹਸਪਤਾਲ ਮੇਂ ਜਮਾ ਕਰਾਇਆ ਔਰ ਵਹਾਂ ਸੇ ਹਮੇ 14 ਮੋਟਰਸਾਈਕਲ ਵੀ ਬਰਾਮਦ ਹੋਏ ਜੋ ਚੋਰੀ ਕੀ ਥੇ। ਔਰ ਜੋ ਵਹਾਂ ਕਾ ਮੈਨੇਜਰ ਥਾ ਜੋ ਉਸਕੋ ਚਲਾਤਾ ਥਾ, ਕਰਮਵੀਰ ਨਾਮ ਹੈ ਉਸਕਾ, ਉਸਕੋ ਹਮਨੇ ਰਾਊਂਡ ਅਪ ਕੀਆ ਔਰ ਗ੍ਰਿਫਤਾਰ ਕੀਆ ਇਸ ਕੇਸ ਮੇਂ। ਪਿਛਲੇ ਕਿਤਨੇ ਸਮੇਂ ਸੇ ਚੱਲ ਰਿਹਾ ਥਾ ਯੇ ਜੋ ਹਮਾਰੀ ਅਭੀ ਇਨਫਾਰਮੇਸ਼ਨ ਆਈ ਹੈ ਵੋ 1.5 ਸੇ 2 ਮਹੀਨੇ ਸੇ ਚੱਲ ਰਿਹਾ ਥਾ, ਬਟ ਔਰ ਵੀ ਹੋ ਸਕਤਾ ਹੈ ਕਿ ਕਹੀਂ ਔਰ ਚੱਲ ਰਿਹਾ ਹੋ ਯਾ ਕੋਈ ਔਰ ਬੰਦੇ ਐਸੋਸੀਏਟਿਡ ਹੋ, ਵੋ ਅਭੀ ਡਿਟੇਲਸ ਇਨਵੈਸਟੀਗੇਸ਼ਨ ਕਾ ਪਾਰਟ ਹੈ, ਵੋ ਪਤਾ ਚੱਲੇਗਾ ਹਮੇਂ। ਇੰਸਟਰੂਮੈਂਟ ਕੌਣ ਹੈ ਇਸਮੇਂ? ਇਸਮੇਂ ਜੋ ਇੱਕ ਲੇਡੀ ਹੈ ਜੀ ਰਾਨੂ, ਉਸਕੇ ਖਿਲਾਫ ਪਹਿਲੇ ਵੀ NDPS ਕੇ ਕਾਫੀ FIRs ਲੌਜਡ ਹੈ, ਵੋ ਇਸਕਾ ਉਸਕਾ ਨਾਮ ਫਿਗਰ ਆਊਟ ਹੋਇਆ ਇਸਮੇਂ। ਠੀਕ ਹੈ।